ਅੱਜ ਦੇ ਦਿਨ ਯਾਨੀ 3 ਜੂਨ ਨੂੰ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਦੇਹਾਂਤ ਹੋ ਗਿਆ ਸੀ। ਸਦੀ ਦੇ ਸਰਵੋਤਮ ਖਿਡਾਰੀ ਅਤੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨੇ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਸੀ। ਉਹ ਅਜਿਹਾ ਮੁੱਕੇਬਾਜ਼ ਸੀ ਜਿਸ ਦੀ ਜਿੱਤ ਰਿੰਗ 'ਚ ਆਉਣ ਤੋਂ ਪਹਿਲਾਂ ਹੀ ਤੈਅ ਮੰਨੀ ਜਾਂਦੀ ਸੀ। ਅਮਰੀਕਾ ਵਿੱਚ ਜਨਮੇ ਮੁਹੰਮਦ ਅਲੀ ਦਾ ਜੀਵਨ ਅੱਜ ਦੇ ਖਿਡਾਰੀਆਂ ਲਈ ਇੱਕ ਰੋਲ ਮਾਡਲ ਹੈ। ਮੁਹੰਮਦ ਅਲੀ ਨੇ ਲਗਭਗ 2 ਦਹਾਕਿਆਂ ਤੱਕ ਮੁੱਕੇਬਾਜ਼ੀ ਵਿੱਚ ਆਪਣਾ ਰਾਜ ਕਾਇਮ ਰੱਖਿਆ। ਉਸਨੇ ਕਈ ਹੈਵੀਵੇਟ ਚੈਂਪੀਅਨਸ਼ਿਪਾਂ ਵਿੱਚ ਇਤਿਹਾਸਕ ਜਿੱਤਾਂ ਦਰਜ ਕੀਤੀਆਂ। ਉਹ 3 ਵਾਰ ਲਾਈਨਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲਾ ਇੱਕੋ ਇੱਕ ਵਿਸ਼ਵ ਹੈਵੀਵੇਟ ਚੈਂਪੀਅਨ ਵੀ ਸੀ। ਮਹਾਨ ਪੇਸ਼ੇਵਰ ਮੁੱਕੇਬਾਜ਼ ਮੁਹੰਮਦ ਅਲੀ ਦਾ ਜਨਮ ਜਨਵਰੀ 1942 ਨੂੰ ਹੋਇਆ ਸੀ। ਉਹ ਦੁਨੀਆ ਦੇ ਮਹਾਨ ਮੁੱਕੇਬਾਜ਼ਾਂ ਵਿੱਚੋਂ ਇੱਕ ਰਿਹਾ ਹੈ। ਉਸਨੇ ਆਪਣੇ ਕਰੀਅਰ ਵਿੱਚ ਕੁੱਲ 61 ਲੜਾਈਆਂ ਲੜੀਆਂ, ਜਿਨ੍ਹਾਂ ਵਿੱਚੋਂ ਉਸਨੇ 56 ਜਿੱਤੀਆਂ ਅਤੇ ਸਿਰਫ 5 ਵਿੱਚ ਹਾਰ ਦਾ ਸਾਹਮਣਾ ਕੀਤਾ। ਮੁੱਕੇਬਾਜ਼ੀ ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਸਦੀ ਦੀ ਸ਼ਖਸੀਅਤ ਅਤੇ ਸਪੋਰਟਸਮੈਨ ਆਫ ਦ ਸੈਂਚੁਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਸਨੂੰ ਦੁਨੀਆ ਦਾ ਸਭ ਤੋਂ ਮਹਾਨ ਹੈਵੀਵੇਟ ਮੁੱਕੇਬਾਜ਼ ਵੀ ਕਿਹਾ ਜਾਂਦਾ ਹੈ। ਹਾਲਾਂਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਸੰਘਰਸ਼ਾਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸਨੂੰ ਰੰਗਭੇਦ ਕਾਰਨ ਕਈ ਅਪਮਾਨਜਨਕ ਘਟਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਆਲੋਚਨਾਵਾਂ ਅਤੇ ਸੰਘਰਸ਼ਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਆਪਣਾ ਪੂਰਾ ਧਿਆਨ ਆਪਣੀ ਮੁੱਕੇਬਾਜ਼ੀ ਤੇ ਕੇਂਦਰਿਤ ਕੀਤਾ ਅਤੇ ਆਪਣੇ ਆਪ ਨੂੰ ਵਿਸ਼ਵ ਚੈਂਪੀਅਨ ਵਜੋਂ ਸਥਾਪਿਤ ਕੀਤਾ। ਇਸ ਦੇ ਨਾਲ ਹੀ ਹਰ ਕਿਸੇ ਨੂੰ ਮੁਹੰਮਦ ਅਲੀ ਜੀ ਦੇ ਮਹਾਨ ਵਿਚਾਰਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਦੱਸ ਦਈਏ ਕਿ ਉਸਦਾ ਅਸਲੀ ਨਾਮ ਕੈਸੀਮਸ ਮਾਰਸੇਲਸ ਕਲੇਸੀ। ਮੁਹੰਮਦ ਅਲੀ ਨੇ ਸਾਲ 1964 ਵਿੱਚ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਆਪਣਾ ਨਾਮ ਮੁਹੰਮਦ ਅਲੀ ਰੱਖਿਆ ਸੀ। ਹਾਲਾਂਕਿ ਅਲੀ ਨੇ ਆਪਣੇ ਕਰੀਅਰ ਵਿੱਚ ਕਈ ਉਤਾਰ ਚੜ੍ਹਾਵ ਦੇ ਬਾਵਜੂਦ ਹਾਰ ਨਹੀਂ ਮੰਨੀ ਅਤੇ ਹਮੇਸ਼ਾ ਦ੍ਰਿੜ ਇਰਾਦੇ ਅਤੇ ਮਜ਼ਬੂਤੀ ਨਾਲ ਅੱਗੇ ਵਧਦਾ ਰਿਹਾ। ਉਸਦਾ ਮੰਨਣਾ ਸੀ ਕਿ ਇੱਕ ਮਹਾਨ ਚੈਂਪੀਅਨ ਬਣਨ ਲਈ ਤੁਹਾਨੂੰ ਇੱਕ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਸਰਵੋਤਮ ਹੋ, ਨਹੀਂ ਤਾਂ ਤੁਹਾਨੂੰ ਸਰਵੋਤਮ ਹੋਣ ਦਾ ਦਾਅਵਾ ਕਰਨਾ ਚਾਹੀਦਾ ਹੈ। ਮੁਹੰਮਦ ਅਲੀ ਬਚਪਨ ਤੋਂ ਹੀ ਦੂਜੇ ਬੱਚਿਆਂ ਵੱਲੋਂ ਵੱਖਰਾ ਸੀ। ਉਹ ਹੋਰ ਬੱਚਿਆਂ ਵਾਂਗ ਬੱਸ ਰਾਹੀਂ ਸਕੂਲ ਨਹੀਂ ਜਾਂਦਾ ਸੀ, ਸਗੋਂ ਸਕੂਲ ਪਹੁੰਚਣ ਲਈ ਸਕੂਲ ਬੱਸ ਨਾਲ ਦੌੜ ਲਗਾਉਂਦਾ ਸੀ, ਜਿਸ ਕਾਰਨ ਉਸਦਾ ਸਰੀਰ ਬਚਪਨ ਤੋਂ ਹੀ ਸਖ਼ਤ ਹੋ ਗਿਆ ਸੀ। ਉਸਦਾ ਫਾਇਦਾ ਉਸਨੂੰ ਆਪਣੇ ਕਰੀਅਰ ਵਿੱਚ ਵੀ ਮਿਲਿਆ। ਮੁਹੰਮਦ ਅਲੀ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ, ਇੱਥੋਂ ਤੱਕ ਕਿ ਇਰਾਕ ਦਾ ਤਾਨਾਸ਼ਾਹ ਸੱਦਾਮ ਹੁਸੈਨ ਵੀ ਉਸਦੀ ਗੱਲ ਸੁਣਦਾ ਸੀ ਅਤੇ ਉਸ 'ਤੇ ਵਿਸ਼ਵਾਸ ਰੱਖਦਾ ਸੀ।